ਭੁੱਲਿਆਂ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰ ਹੀ ਬਾਹਰੀ ਕਰਨ ਪਲਾ ਕਰੇ ਭੁੱਲਿਆਂ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰ ਹੀ ਬਾਹਰੀ ਕਰਨ ਪਲਾ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਸ਼ਲੋਕ 12 ਤਵਦੀਕ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਇਸ ਲੜੀ ਦੇ ਤਹਿਤ ਆਪਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸ਼ਲੋਕਾਂ ਦੀ ਵਿਚਾਰ ਕਰ ਰਹੇ ਆਂ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਜੋ ਉਚਾਰਨ ਕੀਤਾ ਹੋਇਆ ਸ਼ਲੋਕ 67 ਨੰਬਰ ਇਸ ਸ਼ਲੋਕ ਵਾਰਾਂ ਤੇ ਵਿਦੀਕ ਬਾਣੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਖਰੀ ਸ਼ਲੋਕ ਹੈ ਸ਼ਲੋਕ ਵਾਰਾਂ ਤੇ ਵਿਦੀਕ ਬਾਣੀ ਵਿੱਚ 33 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਲੋਕਾਂ ਦੀ ਆਪਾਂ ਵਿਚਾਰ ਜਿਹੜੀ ਹੈ ਉਹ ਆਰੰਭ ਕੀਤੀ ਸੀ ਤੇ ਅੱਜ ਗੁਰੂ ਅਮਰਦਾਸ ਪਾਤਸ਼ਾਹੀ ਜੀ ਦੇ ਸ਼ਲੋਕ ਜੋ 12 ਤੇ ਵਿਦੀਕ ਬਾਣੀ ਦੇ ਸਰਲੇਖੇਟ ਨੇ ਉਹਨਾਂ ਸ਼ਲੋਕਾਂ ਦੀ ਅੱਜ ਸਮਾਪਤੀ ਹੈ ਕੱਲ ਤੋਂ ਗੁਰੂ ਰਾਮਦਾਸ ਪਿਤਾ ਮਹਾਰਾਜੀ ਦੇ ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਆਰੰਭ ਹੋ ਜਾਏਗੀ ਹੁਣ ਜਿਹੜੇ ਸਰੋਤੇ ਪਿੱਛੋਂ ਲੜੀਵਾਰ ਸੁਣਦੇ ਆ ਰਹੇ ਆ ਉਹਨਾਂ ਨੂੰ ਤੇ ਗੱਲ ਸਮਝਣੀ ਸੌਖੀ ਆ ਪਰ ਜਿਹੜੇ ਸਰੋਤੇ ਨਵੇਂ ਸੁਣ ਰਹੇ ਨੇ ਵਿੱਚੋਂ ਉਹਨਾਂ ਦੇ ਗਿਆਨ ਵਾਸਤੇ ਦੱਸ ਦਈਏ ਕਿਉਂਕਿ ਉਹਨਾਂ ਦੇ ਮਨ ਵਿੱਚ ਸੁਭਾਵਕ ਇੱਕ ਸਵਾਲ ਪੈਦਾ ਹੋਇਆ ਹੋਏਗਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੇ ਆਉਣੇ ਚਾਹੀਦੇ ਸੀ ਕੋਈ ਗੁਰੂ ਅੰਗਦ ਸਾਹਿਬ ਦੇ 36 ਸਲੋਕ ਨੇ ਇਹ ਗੁਰੂ ਅਮਰਦਾਸ ਦੇ ਸਿੱਧੇ ਕਿਦਾਂ ਆ ਗਏ ਉਹਨਾਂ ਦੇ ਗਿਆਨ ਵਾਸਤੇ ਗਿਆਤ ਵਾਸਤੇ ਗੱਲ ਦੱਸ ਦਈਏ ਕਿ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 36 ਸਲੋਕ ਨੇ ਤੇ ਉਹ 36 ਸਲੋਕ ਜਿਹੜੀਆਂ 20 ਵਾਰਾਂ ਨੇ ਉਹਨਾਂ ਵਾਰਾਂ ਵਿੱਚ ਵਖ-ਵਖ ਵਾਰਾਂ ਦੇ ਵਿੱਚ ਆ ਚੁੱਕੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰੂ ਰਾਮਦਾਸ ਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਤੇ ਉਸ ਤੋਂ ਬਾਅਦ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਜਿਹੜੇ ਆਪਾਂ ਅਖੀਰ ਤੇ ਪੜ੍ਹਦੇ ਆਂ ਇਹ ਸ਼ਲੋਕ ਆਪਾਂ ਜਿਨ੍ਹਾਂ ਦੀ ਵਿਚਾਰ ਕਰ ਰਹੇ ਆਂ ਇਹ ਸ਼ਲੋਕ ਵਾਰਾਂ ਤੇ ਵਦੀਕ ਬਾਣੀ ਦੇ ਸਰਲੇਖੇ ਹਨ ਤੇ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ 67 ਨੰਬਰ ਸ਼ਲੋਕ ਦਾ ਆਪਾਂ ਪਾਠ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ ਜਿਸ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਜੋ ਵਿਚਾਰ ਬਖਸ਼ਿਸ਼ ਕਰਨੇ ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ ਭੁੱਲਿਆਂ ਆਪ ਸਮਝਾਏ ਸੀ ਵੇਖੋ ਇੱਕ ਵਿਅਕਤੀ ਭੁੱਲ ਜਾਂਦਾ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤੁਸੀਂ ਟਾਰਗੇਟ ਮਿਲਦੇ ਹੋ ਮੈਂ ਫਲਾਣੇ ਦੇ ਘਰ ਜਾਣਾ ਤੁਸੀਂ ਮਿਥਿਆ ਹੈ ਕਿ ਮੈਂ ਫਲਾਣੇ ਸ਼ਹਿਰ ਜਾਣਾ ਹੈ ਫਲਾਣੇ ਵਿਅਕਤੀ ਨੂੰ ਮਿਲਣ ਜਾਣਾ ਤੁਸੀਂ ਘਰੋਂ ਤੁਰਦੇ ਜੀ ਤੁਹਾਨੂੰ ਰਸਤੇ ਜਾ ਕੇ ਪਤਾ ਨਹੀਂ ਲੱਗਦਾ ਤੁਹਾਨੂੰ ਰਸਤਾ ਭੁੱਲ ਜਾਂਦਾ ਹੈ ਕੋਈ ਵਿਅਕਤੀ ਤੁਹਾਨੂੰ ਜਾਣ ਕਰ ਦੱਸਦਾ ਭਾਈ ਤੁਸੀਂ ਗਲਤ ਆ ਗਏ ਜੇ ਰਸਤਾ ਤੁਸੀਂ ਪਿਛਲੇ ਚੌਂਕ ਤੋਂ ਗਲਤ ਰਸਤੇ ਪੈ ਗਏ ਜੀ ਉਹ ਰਸਤਾ ਉਧਰ ਸੀ ਦੱਸਣ ਵਾਲੇ ਦਾ ਤੁਸੀਂ ਧੰਨਵਾਦ ਕਰ ਦਿਓ ਭਾਈ ਧੰਨਵਾਦ ਤੁਹਾਨੂੰ ਮੈਨੂੰ ਮੇਰਾ ਰਸਤਾ ਦੱਸਤਾ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਭਾਵੇਂ ਕਿ ਅਜੋਕੇ ਦੌਰੰਦ ਅੱਜ ਕੱਲ ਤਾਂ ਜੀਪੀਐਸ ਲੱਗੇ ਹੋਏ ਨੇ ਅੱਜ ਕੱਲ ਤਾਂ ਹਰ ਇੱਕ ਦੇ ਕੋਲ ਮੋਬਾਈਲ ਹੈ ਗੱਡੀਆਂ ਦੇ ਵਿੱਚ ਵੀ ਇਹ ਸੁਵਿਧਾ ਉਪਲਬਧ ਹੈ ਪਰ ਫਿਰ ਵੀ ਆਪਾਂ ਕਈ ਵਾਰੀ ਹਰ ਥਾਂ ਤੇ ਇਹਦੀ ਵਰਤੋਂ ਨਹੀਂ ਕਰਦੇ ਆਪਾਂ ਫਿਰ ਵੀ ਕਿਸੇ ਬੰਦੇ ਕੋਲੋਂ ਪੁੱਛ ਲੈਨੇ ਜੀ ਮੈਂ ਫਲਾਣੇ ਦੇ ਘਰ ਜਾਣਾ ਹੈ ਮੈਨੂੰ ਦੱਸਿਓ ਭਲਾ ਉਹ ਦੱਸ ਦਿੰਦਾ ਦੱਸਣ ਵਾਲੇ ਦਾ ਆਪਾਂ ਧੰਨਵਾਦ ਕਰਦੇ ਆਂ ਭਾਈ ਮਿਹਰਬਾਨੀ ਸੇਮ ਇਦਾਂ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਤੁਹਾਡਾ ਕੋ ਫੋਕਸ ਹੋਏਗਾ ਨਾ ਟਾਰਗੇਟ ਹੋਏਗਾ ਕਿ ਮੈਂ ਜ਼ਿੰਦਗੀ ਚ ਸੱਚਾ ਜੀਵਨ ਜੀਉਣਾ ਹੈ ਚੰਗਾ ਇਨਸਾਨ ਬਣਨਾ ਹੈ ਚੰਗਾ ਅਸੀਂ ਬਣਨਾ ਚੰਗਾ ਇਨਸਾਨ ਚਾਹੁੰਨੇ ਆ ਚਾਹੁੰਦੇ ਅਸੀਂ ਸੁਖੀ ਹੋਣਾ ਚਾਹੁੰਦੇ ਸੀ ਆਤਮਿਕ ਆਨੰਦ ਆ ਤੇ ਰਸਤੇ ਪੈ ਗਏ ਅਸੀਂ ਗਲਤ ਚਾਹੁੰਦੇ ਸੀ ਦਮਾਂ ਤੋਂ ਰਹਿਤ ਹੋਣਾ ਵਾ ਰਸਤੇ ਪੈ ਗਏ ਗਲਤ ਗੁਰੂ ਸਾਨੂੰ ਫਿਰ ਦਾ ਬਾਹ ਫੜ ਕੇ ਨਾ ਪਿਆਰ ਨਾਲ ਸਮਝਾਉਂਦੇ ਨੇ ਵੀ ਤੂੰ ਰਸਤਾ ਗਲਤ ਫੜ ਰਿਹਾ ਜੇ ਤੂੰ ਸੱਚੀ ਸੁਖੀ ਹੋਣਾ ਚਾਹਨਾ ਜੇ ਤੇ ਹੋਣਾ ਹੀ ਦੁਖੀ ਚਾਹਨਾ ਤੇ ਫਿਰ ਰਸਤਾ ਤੇਰਾ ਸਹੀ ਹੈ ਫਿਰ ਗਲਤ ਰਸਤਾ ਨਹੀਂ ਹੈ ਫਿਰ ਰਸਤਾ ਬਿਲਕੁਲ ਸਹੀ ਜਾ ਰਿਹਾ ਤੂੰ ਚੁਣਿਆ ਵੀ ਰਸਤਾ ਸਹੀ ਹੈ ਜੇ ਤੂੰ ਚਾਹਨਾ ਕਿ ਇਸ ਮੈਂ ਮਰਨਾ ਹੀ ਚਾਹਨਾ ਵਾ ਮੈਂ ਨਹੀਂ ਚਾਹੁੰਦਾ ਮੈਂ ਸੁਖੀ ਹੋਵਾਂ ਮੈਂ ਨਹੀਂ ਚਾਹੁੰਦਾ ਆਤਮਕ ਖੇੜਾ ਤੇ ਫਿਰ ਤੇਰਾ ਰਸਤਾ ਬਿਲਕੁਲ ਸੁਰਸਤ ਹੈ ਤੁਰਿਆ ਜਾ ਅੱਖਾਂ ਮੀਟ ਕੇ ਜੇ ਤੂੰ ਚਾਹਨਾ ਸੁਖੀ ਹੋਣਾ ਚਾਹਨਾ ਸ਼ਾਂਤੀ ਹੈ ਚਾਹੁੰਦਾ ਟਿਕਾ ਹੈ ਅਜ ਅਰਦਾਸਾਂ ਤੇ ਹੋ ਰਹੀਆਂ ਤੁਸੀਂ ਕਿਸੇ ਬੰਦੇ ਨੂੰ ਇਹ ਅਰਦਾਸ ਕਰਦੇ ਸੁਣਿਆ ਕਿਸੇ ਕੋਈ ਕਿਤੇ ਗੁਰੂ ਦੇ ਕੋਲ ਖਲੋ ਕੇ ਕਿਸੇ ਮੰਦਰ ਮਸਜਿਦ ਸਾਹਮਣੇ ਅਰਦਾਸ ਕਰਦਾ ਹੋਵੇ ਕਿ ਮੈਨੂੰ ਦੁੱਖ ਦੇ ਦਿਓ ਜੀ ਮੈਨੂੰ ਬਿਵਤਾ ਦੇ ਦਿਓ ਜੀ ਮੇਰੇ ਤੇ ਦੁੱਖਾਂ ਦੇ ਪਹਾੜ ਟੁੱਟ ਜਾਣ ਜੀ ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ ਸ਼ਾਂਤੀ ਮਿਲੇ ਮੈਂ ਟਿਕਾਣਾ ਚਾਹੁੰਦਾ ਇਹੋ ਚਾਹੁੰਦਾ ਜਦੋਂ ਚਾਉਂਦੇ ਤੁਸੀਂ ਇਹ ਆ ਰਸਤੇ ਗਲਤ ਪੈ ਗਏ ਜੀ ਗੁਰੂ ਸਾਹਿਬ ਜੀ ਕੀ ਕਰਦੇ ਫਿਰ ਗੁਰੂ ਸਾਨੂੰ ਭੁੱਲਿਆਂ ਨੂੰ ਕੁਰਾਏ ਪਿਆਂ ਨੂੰ ਭਟਕਿਆਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਇੰਜ ਕਹਿ ਲਓ ਜੋ ਸਾਡੇ ਅੰਦਰੋਂ ਸੁਖੀ ਬਣਾਉਣ ਵਾਲਾ ਮਟੀਰੀਅਲ ਸੀ ਜਿਹੜਾ ਸਾਡੇ ਅੰਦਰੋਂ ਗਾਇਬ ਹੋ ਚੁੱਕਾ ਸੀ ਗੁਰੂ ਅਕਾਲਪੁਰਖ ਉਹ ਲਿਆ ਕੇ ਸਾਨੂੰ ਫਿਰ ਵਾਪਸ ਦੇ ਦਿੰਦੇ ਨੇ ਜੇ ਅਸੀਂ ਉਹਦੇ ਰਸਤੇ ਤੇ ਤੁਰਨਾ ਸ਼ੁਰੂ ਕਰ ਲਈ ਜਾਨਕਿ ਜੇ ਉਹਦੇ ਨਜ਼ਰ ਦੇ ਪਾਤਰ ਬਣ ਜਾਈਏ ਗੱਲ ਤੇ ਉਹ ਨਾ ਜਾ ਕੋ ਨਦਰ ਕਰੇ ਜਿਹੜਾ ਕੋਈ ਉਹਦੀ ਨਜ਼ਰ ਦਾ ਪਾਤਰ ਬਣ ਗਿਆ ਉਹਨੂੰ ਭੁੱਲੇ ਨੂੰ ਸਿੱਧੇ ਰਸਤੇ ਪਾਤਾ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ ਵੀ ਫਰਮਾਉਂਦੇ ਨੇ ਗਈ ਬਹੋੜ ਗਈ ਗਈ ਜਿਹੜੀ ਚਲੀ ਗਈ ਸੀ ਮੇਰੇ ਕੋਲੋਂ ਜਿਹੜੀ ਆਤਮਿਕ ਸ਼ਾਂਤੀ ਆਤਮਿਕ ਟਿਕਾ ਮੇਰੇ ਕੋਲੋਂ ਚਲਾ ਗਿਆ ਸੀ ਗਈ ਬਹੋੜ ਉਹਨੂੰ ਮੋੜ ਲਿਆਂਦਾ ਗੈਬ ਹੋੜ ਬੰਦੀ ਛੋੜ ਜਿਹੜੇ ਮਨੁਵਕਾਰਾਂ ਦੀ ਕੈਦ ਵਿੱਚ ਮੈਂ ਪਿਆ ਹੋਇਆ ਸੀ ਉਹਨਾਂ ਤੋਂ ਮੈਨੂੰ ਬੰਦੀ ਬਣਿਆ ਹੋਇਆ ਸੀ ਮੈਂ ਬੰਦੀ ਛੋੜ ਮੈਨੂੰ ਬੰਦਨਾ ਤੋਂ ਛੁਡਾਤਾ ਗੈਬ ਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੇ ਜਿਹੜਾ ਦੁੱਖਾਂ ਤੋਂ ਬਚਾਉਣ ਵਾਲਾ ਸੀ ਨਿਰੰਕਾਰ ਵਹਿਗੁਰੂ ਪ੍ਰਮਾਤਮਾ ਕਿਤੇ ਕਰਮ ਨਾ ਜਾਣਾ ਮੈਨੂੰ ਤਾਂ ਕੋਈ ਚੰਗਾ ਕੰਮ ਕਰਨਾ ਨਹੀਂ ਹੁੰਦਾ ਕੋਈ ਮੇਰੇ ਕੋਲ ਕੋਈ ਧਰਮ ਦਾ ਕਾਰਜ ਹੈ ਨਹੀਂ ਲੋਭੀ ਮਾਇਤਾਰੀ ਮੈਂ ਤਾਂ ਲੋਭੀ ਹਾਂ ਮਾਇਤਾਰੀ ਹਾਂ 24 ਘੰਟੇ ਵਕਾਰਾਂ ਨੂੰ ਚਤੁਰਦਾ ਹਾਂ ਪਰ ਕਹਿੰਦੇ ਨਾਮ ਪਰਿਓ ਨਾਮ ਪਰਿਓ ਭਗਤ ਗੋਬਿੰਦ ਕਾ ਕਮਾਲ ਦੀ ਗੱਲ ਹੈ ਮੇਰਾ ਨਾਮ ਪੈ ਗਿਆ ਵੀ ਮੈਂ ਗੋਬਿੰਦ ਦਾ ਭਗਤਾਂ ਇਹ ਰਾਖੋ ਪੈਜ ਤੁਹਾਡੀ ਮਰਗ ਜੀ ਹੁਣ ਜੇ ਮੈਂ ਮੇਰਾ ਨਾਮ ਹੀ ਭਗਤ ਪੈ ਗਿਆ ਜਾਨੀ ਕਿ ਮੈਂ ਤੁਹਾਡੇ ਰਸਤੇ ਤੇ ਤੁਰਨ ਦਾ ਦਾਵਾ ਕਰ ਹੀ ਲਿਆ ਹੁਣ ਪੈਜ ਤੁਸੀਂ ਮੇਰੀ ਰੱਖਣੀ ਆਪਣੇ ਰਸਤੇ ਤੇ ਤੁਰੇ ਦੀ ਪੈਜ ਰੱਖੇ ਤੁਕ ਜੀ ਇਸ ਰਸਤੇ ਤੁਰਿਆ ਕੋ ਗਲਤ ਕੰਮ ਹੁੰਦਾ ਉਹਦੇ ਨਾਲ ਤੁਹਾਡਾ ਵੀ ਨਾਮ ਜੁੜਿਆ ਹੋਇਆ ਹੈ ਕਹਣਾ ਭਾਈ ਇਹ ਤਾਂ ਭਗਤਾ ਕੰਮ ਕਰਦਾ ਫੜਿਆ ਗਿਆ ਤੋ ਇਹ ਬੜੀ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਗੁਰੂ ਪਾਤਸ਼ਾਹ ਜੀ ਕਰਾ ਰਹੇ ਨੇ ਕਿ ਜੇ ਕਿਤੇ ਅਸੀਂ ਚੰਗੇ ਰਸਤੇ ਤੇ ਤੁਰਨਾ ਸ਼ੁਰੂ ਕਰ ਦਈਏ ਇਹ ਕਰਦਾਸ ਹੈ ਕਿ ਵੇਦਨਾ ਮਹਾਰਾਜ ਜੇ ਮੇਰਾ ਨਾਮ ਪੈ ਹੀ ਗਿਆ ਨਾ ਜੇ ਮੈਂ ਸਟੂਡੈਂਟ ਬਣ ਕੇ ਸਕੂਲ ਚ ਐਡਮਿਸ਼ਨ ਲੈ ਹੀ ਲਈ ਆ ਕਿ ਮੈਂ ਚੰਗੇ ਨੰਬਰ ਲੈ ਕੇ ਪਾਸ ਹੋਵਾਂ ਇਹਦੇ ਨਾਲ ਸਕੂਲ ਦਾ ਨਾਮ ਜੁੜਿਆ ਹੋਇਆ ਲੋਕ ਕਹਿਣਗੇ ਫੁਲਾਨੇ ਸਕੂਲ ਚੋਂ ਪੜਿਆ ਸੀ ਉਤੇ ਦੁਨੀਆਵੀ ਤੌਰ ਤੇ ਵੀ ਬੰਦਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਜੀ ਹੁਣ ਮੈਂ ਆ ਹੀ ਗਿਆ ਨਾ ਤੇ ਠੀਕ ਕਰਕੇ ਭੇਜੋ ਨਹੀਂ ਤੇ ਮੈਂ ਬੜੇ ਮਾਨ ਨਾਲ ਆਇਆ ਜੇ ਮੈਂ ਤਾਂ ਦਹਾ ਪਿੰਡਾਂ 'ਚ ਕਹਿ ਕੇ ਆਇਆ ਦਸਾਂ ਰਿਸ਼ਤੇਦਾਰਾਂ ਨੂੰ ਕਹਿ ਕੇ ਆਇਆ ਜੇ ਮੈਂ ਤੁਹਾਡੇ ਕੋਲ ਵੀ ਠੀਕ ਨਾ ਆਇਆ ਤੇ ਮੈਨੂੰ ਹੁਣ ਦੱਸੀ ਜਾਏ ਮੈਂ ਕੀ ਕੀ ਕਰਨਾ ਮੇਰੇ ਕੋਲੋਂ ਕੋਈ ਗਲਤ ਕਦਮ ਨਾ ਪਟਿਆ ਜਾਏ ਤੇ ਮੈਂ ਉਸ ਰਸਤੇ ਤੁਰ ਸਕਾਂ ਹਰ ਜਿਓ ਨਿਮਾਨਿਆ ਤੂੰ ਮਾਨ ਹੇ ਹਰੀ ਮਾਲਕ ਜੀ ਤੁਸੀਂ ਨਿਮਾਨਿਆਂ ਦੇ ਮਾਨੋ ਜਿਨ੍ਹਾਂ ਦਾ ਕੋਈ ਮਾਨ ਨਹੀਂ ਉਹਨਾਂ ਦੇ ਮਾਨ ਤੁਸੀਂ ਹੋ ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਨਚੀਜੀਆਂ ਸਮਝਿਓ ਲੱਕੜ ਦਾ ਬੜਾ ਵੱਡਾ ਇੱਕ ਮੂਸ਼ਾ ਪਿਆ ਹੈ ਉਹ ਉਹਨੂੰ ਵੇਖ ਕੇ ਕਦੀ ਕਹਿੰਦੇ ਵਾਹ ਕਿਹਾ ਉੱਤੇ ਲੱਕੜ ਦਾ ਇੱਕ ਬਹੁਤ ਵੱਡਾ ਟੁਕੜਾ ਪਿਆ ਹੈ ਮੂਸ਼ਾ ਪਿਆ ਹੈ ਕਿ ਬਹੁਤ ਵੱਡਾ ਆਪਕ ਉਹਨੂੰ ਵੇਖ ਕੇ ਵਾਹ ਨਹੀਂ ਕਵਾਂਗੇ ਪਰ ਜਦੋਂ ਜਦੋਂ ਉਹਨੂੰ ਕਿਸੇ ਕਾਰੀਗਰ ਦਾ ਹੱਥ ਲੱਗਦਾ ਹੈ ਉਦੇ ਵਿੱਚ ਜੋ ਫੁੱਲ ਬੂਟੇ ਤਿਆਰ ਕਰਦਾ ਉਹਦੇ ਵਿੱਚ ਜੋ ਮੀਨਾਕਾਰੀ ਕਰ ਦਿੰਦਾ ਤੁਸੀਂ ਵੇਖਾ ਲੱਕੜਾਂ ਦੇ ਦਰਵਾਜ਼ੇ ਕਿਦਾਂ ਕਢਾਈ ਕੀਤੀ ਹੁੰਦੀ ਹੈ ਵੇਖ ਕੇ ਫਿਰ ਵਾਹ ਜਦੋਂ ਨੇ ਉਹਨੂੰ ਚੀਜ਼ ਬਣਾਇਆ ਨਾ ਜਦੋਂ ਨੇ ਉਹਨੂੰ ਚੀਜ਼ ਬਣਾਇਆ ਉਹਦੇ ਵਿੱਚ ਕਿੰਨੀਆਂ ਸ਼ਿਲਤਾਂ ਬਾਹਰ ਕੱਢੀਆਂ ਉਹਦੇ ਵਿੱਚੋਂ ਲੱਗੇ ਕਿੰਨਾ ਕਚਰਾ ਢੇਰ ਲੱਗਿਆ ਬੂਰ ਕਿੰਨਾ ਬੂਰਾ ਕਿੰਨਾ ਖਿਲਰ ਗਿਆ ਲੱਗੇ ਲੱਗੇ ਉਹਦੇ ਵਿੱਚ ਉਹਨੇ ਕਿੰਨੀ ਵੇਸਟ ਲੱਕੜ ਹੋ ਸਕਦਾ ਜਿੰਨੀ ਲੱਕੜ ਹੁੰਦੀ ਹੈ ਨਾ ਉਹਦੇ ਨਾਲੋਂ ਕਈ ਵਾਰੀ ਅੱਧੀ ਲੱਕੜੋ ਛਾੜ ਦਿੰਦਾ ਵਿੱਚੋਂ ਪਰ ਉਹਦੇ ਵਿੱਚੋਂ ਕਿੰਨੀਆਂ ਸੋਹਣੀਆਂ ਮੂਰਤੀਆਂ ਤਿਆਰ ਕਰਨ ਦਾ ਉਹਦੇ ਵਿੱਚੋਂ ਕਿੰਨੇ ਸੋਨੇ ਡਿਜ਼ਾਈਨ ਪਾਉਂਦਾ ਗਮਲੇ ਤਿਆਰ ਕਰਨ ਦਾ ਨੀਚੇ ਦਰਖਤ ਦੇ ਵਿਲਾ ਬਣਾਉਂਦਾ ਵੇਖ ਕੇ ਬੰਦ ਕਹਿੰਦਾ ਵਾਹ ਕੀ ਬਾਤ ਕਪੜੇ ਦਾ ਥਾਨ ਪਿਆ ਜਾਂਦਾ ਕਪੜੇ ਦੇ ਥਾਨ ਨੂੰ ਵੇਖ ਕੇ ਕਦੀ ਵਾਹ ਨਿਕਲੇ ਉਹ ਤੇ ਕਪੜੇ ਦਾ ਥਾਨ ਐ ਫੈਕਟਰੀ ਨਹੀਂ ਬਣਾਤਾ ਪਰ ਜਦੋਂ ਕਿਸੇ ਬੁਟੀਕ ਜਦੋਂ ਕਿਸੇ ਟੇਲਰ ਦੇ ਹੱਥ ਚੜ੍ਹਦਾ ਉਹ ਕਪੜਾ ਜਦੋਂ ਉਹਨੂੰ ਕੱਟ-ਕੱਟ ਕੇ ਇਦਾਂ ਐਨ ਹੁਣ ਜੇ ਕੋਈ ਉਹਨੂੰ ਕੱਟੇ ਨੂੰ ਵੇਖ ਲੇ ਕਪੜੇ ਨੂੰ ਕਹਿੰਗਾ ਚੰਗੇ ਭਲੇ ਕਪੜੇ ਦੀ ਡੰਡ ਲਾਤੀ ਪਰ ਜਦੋਂ ਨੇ ਸਲਾਈ ਕਰਨੀ ਉਹ ਸਲਾਈ ਕਰਕੇ ਜਦੋਂ ਬੰਦਰੇ ਗਾਲ ਪੈਣਾ ਫੇਰਨਾ ਕਿਆ ਚੀਜ਼ ਬਣਾਤਾ ਵੇ ਸੇਮ ਇਦਾਂ ਜੀਵਨ ਮਿਲਕੇ ਜੀਵੇ ਇੱਕ ਟੇਲਰ ਜਿਵੇਂ ਇੱਕ ਇੱਕ ਲੱਕੜ ਦਾ ਕਾਰੀਗਰ ਜਦੋਂ ਉਹ ਨੂੰ ਬਣਾਉਂਦਾ ਟੇਲਾਂ ਲੱਗਦੀਆਂ ਵੇਖ ਲਓ ਕਿੰਨੀਆਂ ਟੇਲਾਂ ਵੇਸਟ ਹੁੰਦੀਆਂ ਨੇ ਕਿਦਾਂ ਕੱਟਦਾ ਇੱਕਦਾਂ ਪੀਸ ਬਣਾਉਂਦਾ ਕਿਦਾਂ ਤੁਸੀਂ ਕਿਸੇ ਕੰਮ ਚ ਵੀ ਵੇਖ ਲਓ ਨਤੀਜੀਆਂ ਜਿਹੜੀ ਨਤੀਜ ਸੀ ਉਹਨੂੰ ਚੀਜ਼ ਬਣਾਤਾ ਫਿਰ ਵੇਖਦਾ ਕਿਆ ਚੀਜ਼ ਬਣੀ ਆ ਵੀ ਕਿੰਨੀ ਸੋਹਣੀ ਲੱਗਦੀ ਆ ਖੂਬ ਸੂਰਤ ਇਦਾਂ ਮਨੁੱਖ ਦਾ ਜੀਵਨ ਜਿਹੜਾ ਭੁੱਲਿਆ ਸੀ ਕੁਰਾਏ ਪਿਆ ਸੀ ਜਿਵੇਂ ਨਸ਼ੇ ਕਰਦਾ ਸੀ ਮਾੜੇ ਕੰਮ ਕਰਦਾ ਸੀ ਐਬਾਂ ਚ ਸੀ ਉਦੋਂ ਕੋਈ ਉਦੋਂ ਤੋਂ ਨਤੀਜਾ ਸੀ ਪਰ ਜਦੋਂ ਸੋਹਣੇ ਕੰਮ ਕਰਨ ਲੱਗ ਪਿਆ ਪਰਿਵਾਰ ਦੀ ਹੈਲਪ ਕਰਨ ਲੱਗ ਪਿਆ ਲੋਕ ਭਲਾਈ ਦੇ ਕੰਮ ਕਰਨ ਲੱਗ ਪਿਆ ਕੀ ਕਹਿੰਦੇ ਲੋਕ ਨੇ ਕਿਆ ਚੀਜ਼ ਬਣ ਗਿਆ ਵੀ ਹੁਣ ਮੁੰਡਾ ਕਿੰਨਾ ਸੋਹਣਾ ਬਣ ਗਿਆ ਹੁਣ ਇੱਕ ਬੰਦੇ ਪੰਜਾਬ ਦੇ ਵਿੱਚ ਨਸ਼ੇੜੀ ਕਿੰਨੇ ਨੇ ਨਸ਼ੇ ਕਰਦੇ ਆ ਤੁਰਿਆ ਨਹੀਂ ਜਾ ਰਿਹਾ ਦੂਜੇ ਬੰਨੇ ਨੌਜਵਾਨ ਸੜਕਾਂ ਤੇ ਦੌੜ ਰਹੇ ਨੇ ਰਾਤ ਨੂੰ ਤੁਸੀਂ ਦੇਖੋਗੇ ਜੀ ਉਹ ਕੋਈ ਆਰਮੀ ਚ ਜਾਣਾ ਚਾਹੁੰਦਾ ਹੈ ਕੋਈ ਕਿਸੇ ਗੇਮ ਚ ਜਾਣਾ ਪਉਂਦਾ ਕਿਦਾਂ ਮੇਨ ਜਾ ਕੇ ਗਰਾਊਂਡ ਵਿੱਚ ਕਿਦਾਂ ਉਸ ਆਪਣੇ ਸਰੀਰ ਨੂੰ ਭੰਨਦੇ ਆ ਹੁਣ ਜਿਹੜੇ ਅੱਜ ਭੰਨਦੇ ਉਹ ਕਦੀ ਚੀਜ਼ ਬਣਨਗੇ ਸੁੱਤੇ ਪੈ ਲੰਮੇ ਪੈ ਬੈੜਤੇ ਤੇ ਕਦੀ ਗੱਲ ਬਣਨੀ ਨਹੀਂ ਪਈ ਹੁਣ ਜਿਹੜੀ ਲੱਕੜ ਚੌਂਦੀ ਵੀ ਨਹੀਂ ਮੇਰੇ ਤੇ ਆਰਾ ਚੱਲੇ ਤੇ ਕਹੇ ਕਿ ਲੋਕ ਮੇਰੀ ਤਾਰੀਫ ਕਰਨ ਇਹ ਦੋ ਗੱਲਾਂ ਤੇ ਕਦੀ ਵੀ ਨਹੀਂ ਹੋਣੀਆਂ ਜਿਹੜੀ ਲੱਕੜ ਚਾਹੁੰਦੀ ਆ ਨਾ ਮੇਰੀ ਵਡਿਆਈ ਹੋਵੇ ਮੇਰੀ ਤਾਰੀਫ ਹੋਵੇ ਤੇ ਉਹਨੂੰ ਉਹਨੂੰ ਛਿਲ-ਛਲਈਆ ਕਰਾਉਣਾ ਪੈਣਾ ਉਹਦੇ ਛਿਲ ਛਲਤਾਉਂ ਦੀਆਂ ਬਾਹਰ ਨਿਕਲਣਗੀਆਂ ਨਿਕਲਗੀਆਂ ਜਦੋਂ ਆਰੇ ਥੱਲੇ ਜਾਣਾ ਇਦਾਂ ਉਹਨੂੰ ਕਿਦਾਂ ਉਹਨੂੰ ਛਿਲਣਾ ਉਹਨੂੰ ਫੇਰ ਜਾ ਕੇ ਉਹਨੇ ਚੀਜ਼ ਬਣਾਣਾ ਫੇਰ ਉਤੇ ਕਿਦਾਂ ਉਹਦੇ ਤੇ ਪਾਲਸ਼ਾਂ ਵਜਣੀਆਂ ਫੇਰ ਚਮਕਾਉਣੀ ਉਹਦੇ ਤੇ ਫੇਰ ਵੇਖ ਕੇ ਵੇਖਣਾ ਲੱਗਣਾ ਕੀ ਬਾਤ ਐ ਹੁਣ ਗੁਰੂ ਸਾਹਿਬ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਹਰ ਜਿਓ ਨਿਮਾਨਿਆ ਤੂੰ ਮਾਨ ਨਚੀਜਿਆਂ ਜਿਹੜਾ ਨਚੀਜਾ ਜਿਹੜਾ ਭੁੱਲੇ ਪਿਆ ਸੀ ਕਿਉਂਕਿ ਭੁੱਲੇ ਆਪ ਸਮਝਾਈ ਸੀ ਹਨ ਨਾ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਤੇ ਸਮਝ ਉਹਨਾਂ ਚੀਜ਼ੇ ਨੂੰ ਚੀਜ਼ ਕਿਦਾਂ ਬਣਾਉਂਦਾ ਹੈ ਇਹ ਐਗਜ਼ਾਮਪਲ ਦਿੱਤੀ ਹੈ ਜੈਸਾ ਬਾਲਕ ਭਾਏ ਸੁਪਾਈ जानके अनजान जਿੱਦਾਂ ਬੱਚਾ ਨੂੰ ਤੁਸੀਂ ਵੇਖਿਆ ਵੀ ਆਪਣੀ ਲਗਨ ਮੁਤਾਬਕ ਜਿੱਦਾਂ ਉਹਦਾ ਆਤਾਂ ਹੁੰਦੀਆਂ ਨੇ ਜਿੱਦਾਂ ਬੱਚਾ ਸੁਭਾਅ ਹੁੰਦਾ ਆਪਕ ਨੇ ਬੱਚਾ ਚੰਚਲ ਸ਼ਰਾਰਤਾ ਕਰਦਾ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਬੱਚਾ ਆਪਣੀ ਸੁਰਤ ਮੁਤਾਬਕ ਜਿੰਨਾ ਕੁਦ ਕੋ ਮੱਤੇ ਉਹਦੇ ਮੁਤਾਬਕ ਲੱਖਾਂ ਗਲਤੀਆਂ ਕਰਦਾ ਕਿੰਨੇ ਉਹਦੇ ਕੋਲ ਸ਼ਰਾਰਤਾ ਹੋ ਜਾਂਦੀਆਂ ਨੇ ਕਾਰ ਉਪਦੇਸ਼ ਛਿੜਕੇ ਬਹੁ ਭਾਂਤੀ ਬੌੜ ਪਿਤਾ ਗੜ ਲਾਵੇ ਪਿਤਾ ਨੂੰ ਛਿੜਕਦਾ ਵੀ ਆ ਛਿਲ-ਛਲਿਆ ਵੀ ਕਰਦਾ ਉਹਦਾ ਮਾਰੀਆਂ ਆਤਾਂ ਉਹਦੀਆਂ ਕੱਢੀ ਜਾਂਦਾ ਪਰ ਬੌੜ ਪਿਤਾ ਗੱਲ ਫੇ ਗੱਲ ਵੀ ਤੇ ਲਾਉਂਦਾ ਨਾ ਪਿਆਰੀ ਤੇ ਬਾਪ ਹੀ ਕਰਦਾ ਨਾ ਹੁਣ ਜਦੋਂ ਬਾਪ ਥੱਪੜ ਮਾਰਦਾ ਵੇਖਣ ਲੈ ਕਹਿੰਦਾ ਤੂੰ ਕਸਾਈ ਐ ਤੇ ਛਿੜਕਦਾ ਉਹ ਕਸਾਈ ਐ ਕਹਿੰਦਾ ਨਹੀਂ ਮੈਂ ਛਿਲ-ਛਲਿਆ ਕਰ ਰਿਹਾ ਇਹਨੂੰ ਨੀ ਚੀਜ਼ੇ ਨੂੰ ਚੀਜ਼ ਬਣਾ ਰਿਹਾ ਗੁਰੂ ਤੇ ਗੁਰੂ ਜੀ ਤੇ ਛਿੜਕਦੇ ਆ ਨਾ ਪਰ ਸਾਨੂੰ ਗੁਰੂ ਦੀ ਛਿੜਕ ਮਿੱਠੀ ਨਹੀਂ ਲੱਗਦੀ ਜੇ ਜਦ ਮਿੱਠੀ ਲੱਗੀ ਉਹ ਤੂੰ ਸਬਰ ਜਾ ਹੁਣ ਗੁਰੂ ਛਿੜਕਦਾ ਨਸ਼ਾ ਨਾ ਕਰ ਤਾਨੂੰ ਇਹ ਝਿੜਕ ਕੌੜੀ ਲੱਗਦੀ ਆ ਨਾ ਅਸੀਂ ਅਸੀਂ ਆਪਣਾ ਪੁੱਤਰ ਧੀ ਦਾ ਵਿਆਹ ਨਸ਼ੇ ਤੋਂ ਬਿਨਾਂ ਕਰਦੇ ਹੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਦਾਜ ਨਾ ਲੈ ਰਿਸ਼ੋਤ ਨਾ ਲੈ ਬੇਈਮਾਨ ਨਾ ਕਰ ਤੁਹਾਨੂੰ ਇਹ ਗੁਰੂ ਸਾਹਿਬ ਦੀ ਝਿੜਕ ਕੌੜੀ ਲੱਗਦੀ ਹੈ ਪਰ ਜਿਹਨੂੰ ਲੱਗਦੀ ਹੈ ਮਿੱਠੀ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੈਨੂੰ ਮੇਰੀ ਝਿੜਕ ਮਿੱਠੀ ਲੱਗੀ ਆ ਨਾ ਹੁਣ ਜਿਹੜਿਆਂ ਬੱਚਿਆਂ ਨੂੰ ਆਪਣੇ ਮਾਂ ਬਾਪ ਦਾ ਝਿੜਕਣਾ ਮਿੱਠਾ ਲੱਗਦਾ ਜਿਸ ਸਟੂਡੈਂਟ ਨੂੰ ਆਪਣੇ ਟੀਚਰ ਦਾ ਝਿੜਕਣਾ ਮਿੱਠਾ ਲੱਗਦਾ ਬਖਸ਼ੇ ਤਾਂ ਗੁਰਵਡਿਆਈ ਟਾਪ ਵੀ ਉਹ ਹੀ ਕਰਦਾ ਫਿਰ ਸਕੂਲ ਦੇ ਬਾਹਰ ਵੀ ਫੋਟੋ ਵੀ ਉਹਦੇ ਨਾਲ ਲੱ ਟੀਚਰ ਖਚੋਂਦਾ ਫਿਰ ਜੇ ਸਕੂਲ ਦੇ ਪ੍ਰਿੰਸੀਪਲ ਦੀ ਛਿੜਕ ਸਕੂਲ ਦੇ ਪ੍ਰਿੰਸੀਪਲ ਦੇ ਬੱਚੇ ਨੂੰ ਚੰਗੀ ਨਹੀਂ ਲੱਗਦੀ ਉਹਦੇ ਲਾ ਕੇ ਖਲੋਣਾ ਖਲੋਣ ਚ ਮਾਣ ਮਹਿਸੂਸ ਨਹੀਂ ਕਰਦਾ ਜੇ ਪੀਐਮ ਦੇ ਬੱਚੇ ਨੂੰ ਪ੍ਰਿੰਸੀਪਲ ਟੀਚਰ ਦੀ ਛਿੜਕ ਮਿੱਠੀ ਲੱਗਦੀ ਆ ਤੇ ਜਦੋਂ ਟਾਪ ਕਰਦਾ ਨਾ ਸਕੂਲ ਚੋਂ ਜ਼ਿਲ੍ਹੇ ਚੋਂ ਸਟੇਟ ਚੋਂ ਉਹਦੋਂ ਮਾਣ ਮਹਿਸੂਸ ਕਰਦਾ ਪ੍ਰਿੰਸੀਪਲ ਉਹਦੇ ਨਾਲ ਆਪਣੀ ਫੋਟੋ ਲਵਾਉਣ ਚ ਕੁ ਕੁ ਛੇਲੇ ਛਲੇ ਜਾਂ ਕੀਤਾ ਸਭ ਨਾ ਚੀਜ਼ੇ ਤੋਂ ਚੀਜ਼ੇ ਵੀ ਤੇ ਬਣਿਆ ਨਾ ਨਚੀਜਿਆਂ ਚੀਜ਼ ਕਰੇ ਮੇਰਾ ਗੋਬਨ ਤੇਰੀ ਕੁਦਰਤ ਕੋ ਕੁਰਬਾਨ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵੇ ਘਰ ਉਪਦੇਸ਼ ਛਿੜਕੇ ਬੋਂ ਪਾਂਦੀ ਬੌੜ ਪਿਤਾ ਗੱਲ ਲਾਵੇ ਜਿਉਂਨੇ ਛਿੜਕ ਮਾਰੀ ਤੇ ਗੱਲ ਵੀ ਤੇ ਉਹਨੇ ਲਾਇਆ ਨਾ ਹੁਣ ਜਿਨਾਂ ਨੂੰ ਆਪਣੇ ਮਾਂ ਬਾਪ ਦਾ ਛਿੜਕ ਵੈਸੇ ਦੇ ਜੋ ਕੇ ਸਮਝ ਚ ਗੱਲ ਮੁੱਕੀ ਗਈ ਅੱਜ ਦੇ ਸਮੇਂ ਚ ਕਿਹੜਾ ਟੀਚਰ ਕਿਹੜੇ ਮਾਂ ਬਾਪ ਬੱਚੇ ਨੂੰ ਅੱਜ ਕੱਲ ਤਾਂ ਉਲਟਾ ਡਰਦੇ ਨੇ ਗੁੱਸਾ ਨਾ ਬਣਾ ਹਕੀਕਤ ਹੈ ਜਿਨ੍ਹਾਂ ਦੇ ਬੱਚੇ ਨਸ਼ਿਆਂ 'ਚ ਪੈ ਗਏ ਉਥੇ ਮਾਂ ਰਾਤ ਨੂੰ ਸੇਮੀ ਜੀਵਨ ਗੁਜ਼ਾਰਦੀ ਐ ਬਾਪ ਸੇਮਿਆਂ ਪਿਆ ਉਥੇ ਜਦੋਂ ਜਦੋਂ ਵਖਰੇ ਸੀ ਉਦੋਂ ਅਸੀਂ ਸਾਹਮ੍ਹਿਆਂ ਨਹੀਂ ਉਦੋਂ ਜੇ ਕੋਈ ਸਾਨੂੰ ਕੋ ਆਣ ਕੇ ਦੱਸਦਾ ਵੀ ਸੀ ਕਿ ਤੁਹਾਡਾ ਬੱਚਾ ਮੈਂ ਗਲਤ ਸੋਸਾਇਟੀ 'ਚ ਵੇਖਿਆ ਹੈ ਗਲਤ ਸੋਸਾਇਟੀ 'ਚ ਵੇਖਿਆ ਮੈਂ ਨਸ਼ਿਆਂ 'ਚ ਮੈਂ ਉਹਨੂੰ ਤੁਰਿਆ ਵੇਖਿਆ ਤੇ ਐਵੇਂ ਤੁਸੀਂ ਸਾਡੇ ਬੱਚੇ ਨੂੰ ਬਦਨਾਮ ਕਰਦੇ ਲੋਕਾਂ ਕੋਲੋਂ ਸਾਡਾ ਬੱਚਾ ਜਰਿਆ ਨਹੀਂ ਜਾਂਦਾ ਇਹ ਭਾਸ਼ਾ ਬੋਲੀ ਜਾਂਦੀ ਸ਼ਬਦ ਬੋਲੀ ਜਾਂਦੇ ਹੁਣ ਗੁਰੂ ਪਾਤਸ਼ਾਹ ਜੀ ਇੱਥੇ ਅੱਗੇ ਕਹਿੰਦੇ ਨੇ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਭੁੱਲਿਆ ਆਪ ਸਮਝਾਇ ਸੀ ਮਾਰਗ ਪਾਤਾ ਹੁਣ ਮਾਰਗ ਸੀ ਸਤ ਸੰਤੋਖ ਦਇਆ ਧਰਮਤੀਜ ਵਾਲਾ ਤੇ ਭੁੱਲਾ ਸੀ ਕਾਮ ਕਰੋ ਤੇ ਲੋ ਮੋਹ ਹੰਕਾਰ ਚ ਹੰਕਾਰ ਚ ਭੁੱਲ ਗਿਆ ਸੀ ਤੇ ਮਾਰਗ ਪਾਤਾ ਹੁਣ ਸਿੱਧੇ ਰਸਤੇ ਪਾਤਾ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਬਹੁਤ ਪਿਆਰਾ ਜੈਸੇ ਕਰ ਗਹਿਤ ਸਰਪ ਸੁਤ ਪੇਖ ਮਤਾ ਕਹਿਣਾ ਪੁਕਾਰ ਫੁਸਲਾਏ ਉਰਮੰਡ ਹੈ ਇਦਾਂ ਵਿੜੇ ਵਿੱਚ ਸੱਪ ਅਸਲੀ ਆ ਗਿਆ ਬੱਚਾ ਸੱਪ ਨੂੰ ਬੱਚੇ ਛੋਟੇ ਨੂੰ ਕੀ ਪਤਾ ਛੋਟਾ ਬੱਚਾ ਤਾਂ ਸੱਪ ਨਾਲ ਵੀ ਖੇਡਣ ਲੱਗ ਪੈਂਦਾ ਉਹਨੂੰ ਕੀ ਪਤਾ ਵੀ ਉਹਨੇ ਸੋਚਿਆ ਖੇਡਣ ਵਾਲੀ ਚੀਜ਼ ਜੀ ਹੈ ਕੋਈ ਵੱਡਾ ਡਰਦਾ ਤੁਸੀਂ ਕਦੀ ਨੋਟ ਕਰਿਓ ਵੱਡਾ ਸੱਪ ਤੋਂ ਡਰਦਾ ਛੋਟਾ ਬੱਚਾ ਸੱਪ ਵਾਲੇ ਬਣੇ ਜਾਂਦਾ ਉਹਨੇ ਸੋਚਿਆ ਖੇਡਣ ਵਾਲੀ ਕੋਈ ਚੀਜ਼ ਜੀ ਹੈ ਉਹਨੇ ਸੱਪ ਨੂੰ ਫਸ ਚ ਫੜ ਲਿਆ ਮਾਂ ਨੇ ਵੇਖਿਆ ਮਾਂ ਦੀਆਂ ਤਾਂਹਾਂ ਨਿਕਲ ਗਈਆਂ ਉਹਨੇ ਕੀਤਾ ਕਹੇ ਜੈਸੇ ਸਰਪ ਸੁਤ ਪੇਖ ਮਾਤਾ ਜਿਵੇਂ ਕਰ ਗਹਿ ਤ ਸਰਪਸੁੱਤ ਪੇਖ ਮਾਤਾ ਜਿਵੇਂ ਬੱਚੇ ਨੂੰ ਇਹ ਵੇਖਿਆ ਵੀ ਹੱਥ 'ਚ ਸੱਪ ਫੜਿਆ ਤੇ ਮਾਂ ਕਹਿ ਨਾ ਪੁਕਾਰ ਫੁਸਲਾਏ ਉਰਮੰਡ ਉਹ ਬੱਚੇ ਨੂੰ ਝੜਕਦੀ ਨਹੀਂ ਐ ਦਵਕਾਉਂਦੀ ਨਹੀਂ ਐ ਉਹ ਹੌਲਿਕ ਦੇਣੀ ਸੱਪ ਬੱਚੇ ਕੋਲੋਂ ਛਟਾ ਕੇ ਬੱਚੇ ਨੂੰ ਗਾਲ ਨਾ ਲਾਉਂਦੀ ਐ ਜਿਵੇਂ ਬੈਦ ਰੋਗੀ ਪ੍ਰਤ ਕਹਿ ਨਾ ਬਥਾਰ ਬ੍ਰਿਥਾ ਜਿਵੇਂ ਕਿਸੇ ਮਰੀਜ਼ ਨੂੰ ਆਪਾਂ ਡਾਕਟਰ ਕੋਲ ਲੈ ਜਾਈਏ ਤੇ ਕਈ ਵਾਰੀ ਵੇਖਣਾ ਜਦ ਇੱਕ ਸੀਰੀਅਸ ਕੇਸ ਹੋਵੇ ਉਹ ਸਾਰੀਆਂ ਗੱਲਾਂ ਮਰੀਜ਼ ਨੂੰ ਨਹੀਂ ਦੱਸਦਾ ਡਾਕਟਰ ਉਹ ਕਹਿੰਦਾ ਜੇ ਇਹਨੂੰ ਦੱਸਤਾ ਤੇ ਕੋਈ ਸਦਮਾ ਜਿਹਾ ਨਹੀਂ ਜਾਣਾ ਉਹ ਨਿਕਟਵਰਤੀ ਪਰਿਵਾਰਕ ਮੈਂਬਰਾਂ ਨੂੰ ਬੁਲਾਉਂਦੇ ਨੇ ਕਿ ਇਹਨੂੰ ਨਾਂ ਦੱਸੀਏ ਜੈਸੇ ਬੈਦ ਰੋਗੀ ਪ੍ਰਤ ਕਹੇ ਨਾ ਵਿਥਾਰ ਵਿਰਥਾ ਉਹ ਰੋਗ ਬਾਰੇ ਖਿਲਾਰ ਕੇ ਨਹੀਂ ਦੱਸਦਾ ਵਿਸਥਾਰਨ ਦੱਸਦਾ ਖਾਸ ਕਰਕੇ ਮਰੀਜ਼ ਨੂੰ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦਾ ਤੇ ਨਾ ਚੜਦਾ ਹੀ ਮਾਰਦਾ ਹੈ ਹੁਸੈਨਾ ਵੈਦ ਹੁਣ ਜੇ ਬਿਮਾਰ ਹੋ ਕੇ ਆ ਹੀ ਗਿਆ ਮੰਨ ਲਓ ਵੈਦ ਦੇ ਕੋਲ ਕੋਈ ਮਰੀਜ਼ ਬਿਮਾਰ ਹੋ ਕੇ ਆ ਗਿਆ ਤੇ ਝੜਕਾ ਮਰ ਗਿਆ ਤੂੰ ਬਿਮਾਰ ਹੋ ਗਿਆ ਤੂੰ ਸਰੀਦ ਦੀ ਜਖਣਾ ਲਾ ਕੇ ਆ ਗਿਆ ਹੁਣ ਤੇਰੇ ਆਉਣ ਦਾ ਕੀ ਫਾਇਦਾ ਉਹ ਕਾਦਾ ਵੈਦ ਬਈ ਜੇ ਉਹ ਜਖਣਾ ਲਾ ਹੀ ਆਇਆ ਜਿਹਦੇ ਕੋਲੋਂ ਇਹ ਰੋਗ ਲੱਗ ਹੀ ਗਿਆ ਹੁਣ ਤੇਰਾ ਤੇ ਫਰਜ਼ ਬੰਦਾ ਤੇਰੀ ਜੌਬ ਹੈ ਨੂੰ ਠੀਕ ਕਰ ਜੇ ਤੂੰ ਠੀਕ ਕਰਨਾ ਹੁਣ ਤੇਰੇ ਕੋਲ ਤਰੀਕਾ ਚਾਹੀਦਾ ਉਹਨੇ ਪਰਿਵਾਰਕ ਮੈਂਬਰ ਬੁਲਾਏ ਜੇ ਹਸਬੰਡ ਬਿਮਾਰ ਹੈ ਵਾਈਫ ਬਿਮਾਰ ਆ ਕੋਈ ਪਰਿਵਾਰ ਦਾ ਜੀ ਨਿਕਟ ਵਰਤੀ ਪਿਤਾ ਨੂੰ ਬੁਲਾ ਲਿਆ ਮਾਤਾ ਨੂੰ ਬੁਲਾ ਲਿਆ ਇਹਨੂੰ ਆਬ ਪ੍ਰੋਬਲਮ ਹੈ ਸੰਜਮ ਕੇ ਔਖਦ ਖਵਾਵੇ ਰੋਗ ਦੰਡ ਹੈ ਉਹਨੂੰ ਮਰਿਆਦਾ ਚ ਰੱਖ ਕੇ ਸੰਜਮ ਨਾਲ ਮੈਡੀਸਨ ਦੇ ਕੇ ਦਵਾਈਆਂ ਦੇ ਕੇ ਉਹਦੇ ਰੋਗ ਨੂੰ ਠੀਕ ਕਰਦਾ ਇਹ ਸਿਆਣੇ ਵੈਦ ਦੀ ਮੇਨ ਜਿਹੜੀ ਜੌਬ ਹੈ ਜਿਵੇਂ ਮਾਂ ਨੇ ਬੱਚੇ ਨੂੰ ਸੱਪ ਨੂੰ ਫੜ ਲਿਆ ਬੱਚੇ ਨੇ ਤੇ ਮਾਂ ਕੁੱਟਣ ਥੋੜਾ ਲੱਗ ਪੈਂਦੀ ਹੈ ਬੱਚੇ ਨੂੰ ਕਹਿੰਦੀ ਬੱਚਾ ਨਿਆਣਾ ਇਹਨੂੰ ਪਤਾ ਨਹੀਂ ਪਤਾ ਨਹੀਂ ਇਹਨੂੰ ਕਰ ਬੈਠਾ ਹੈ ਇਸ ਤਰ੍ਹਾਂ ਜਿਵੇਂ ਫੁੱਲ ਚੂਕ ਚਟਿਆ ਕੀ ਨਾ ਵਿਚਾਰੇ ਪਾਂਦਾ ਜਿਹੜਾ ਸਿਆਣਾ ਪਾਂਦਾ ਹੈ ਸਿਆਣਾ ਟੀਚਰ ਹੈ ਉਹਦੇ ਕੋਲ ਬੱਚਾ ਪੜ੍ਹਨ ਜਾਂਦਾ ਤੁਸੀਂ ਵੇਖਿਆ ਜਦੋਂ ਬੱਚੇ ਛੋਟੇ ਹੁੰਦੇ ਆ ਕਈ ਵਾਰੀ ਖੇਡਦੇ ਆ ਖੇਡਦੇ ਆ ਉਹ ਸਕੂਲ ਦੀ ਜਿਹੜਾ ਟੀਚਰ ਹੁੰਦਾ ਉਹਦੀ ਚੇਅਰ ਤੇ ਵੀ ਬਹਿ ਜਾਂਦੇ ਆ ਟੇਬਲ ਦੇ ਉੱਤੇ ਚੜ ਕੇ ਨੱਚਣ ਲੱਗ ਪੈਂਦੇ ਆ ਤੇ ਸਿਆਣਾ ਟੀਚਰ ਉਹ ਕਹਿੰਦਾ ਬੱਚਾ ਹੈ ਕੋਈ ਗੱਲ ਨਹੀਂ ਐਦਾਂ ਦੀਆਂ ਸ਼ਰਾਰਤਾਂ ਵੀ ਕਈ ਬੱਚੇ ਕਰਦੇ ਵੀ ਟੀਚਰ ਦਾ ਟਿਫਿਨ ਲੈ ਕੇ ਉਹਦੇ ਵਿੱਚੋਂ ਰੋਟੀ ਖਾ ਜਾਣੀ ਜਿਹੜਾ ਉਹਦਾ ਲੰਚ ਆਇਆ ਜਿਹੜਾ ਬ੍ਰੇਕਫਾਸਟ ਹੈ ਉਹ ਹੀ ਖਾ ਜਾਣਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਬੱਚਾ ਜੀ ਨਿਆਣਾ ਹੈ ਨਾ ਜਵਾਕ ਹੈ ਜੇ ਜੈਸੇ ਫੂਲ ਚੂਕ ਚਟਕਿਆ ਕੀ ਨਾ ਵਿਚਾਰੇ ਪਾੰਦਾ ਜੇ ਉਹਨੂੰ ਝੁਟਕਣ ਲੱਗ ਪਵੇ ਕੁੱਟਣ ਲੱਗ ਪਵੇ ਬੱਚਿਆਂ ਨੂੰ ਆਣ ਕੇ ਮਾਂ ਬਾਪ ਨੂੰ ਸ਼ਿਕਾਇਤਾਂ ਕਰਦਾ ਫਿਰ ਉਹ ਸਿਆਣਾ ਪਾੰਦਾ ਕਸਿਆ ਨਾ ਟੀਚਰ ਕਹਦਾ ਉਹਦਾ ਫਰਜ ਹੈ ਤੇਰੇ ਕੋਲ ਇਸੇ ਕਰਕੇ ਤੂੰ ਭੇਜਿਆ ਉਹਨਾਂ ਨੇ ਕੱਲੀ ਅਖਰੀ ਗਿਆਨ ਦੇਣਾ ਥੋੜਾ ਉਹਨੂੰ ਉੱਠਣਾ ਬੈਠਣਾ ਸਲੀਕਾ ਤਰੀਕਾ ਸਭ ਗੱਲਾਂ ਤੂੰ ਸਿਖਾਉਣੀਆਂ ਨੇ ਤੂੰ ਵੇਖ ਲੈ ਜੇ ਅੱਜ ਤੇਰੇ ਨਾਲ ਇਹ ਕਰਦਾ ਤੇ ਘਰ ਕੀ ਕਰਦਾ ਹੋਏਗਾ ਟੀਚਰ ਦਾ ਤਾਂ ਡਰ ਹੁੰਦਾ ਜੇ ਤੇਰੇ ਨਾਲ ਇਹਦਾ ਕਰਤਾ ਤੇ ਕਰਮਾਨ ਨਾਲ ਕੀ ਕਰਦਾ ਹੋਏਗਾ ਕਰ ਬਾਪ ਨਾਲ ਕੀ ਕਰਦਾ ਹੋਏਗਾ ਕਰ ਭੈਣ ਭਰਾਵਾਂ ਨਾਲ ਕੀ ਕਰਦਾ ਹੋਏਗਾ ਤੇਰੇ ਵਾਸਤੇ ਚੈਲੰਜ ਹੈ ਠੀਕ ਕਰਨ ਜੈਸੇ ਭੂਲ ਚੂਕ ਭਾਈ ਸਾਹਿਬ ਕਹਿੰਦੇ ਨੇ ਭਾਈ ਗੁਰਦਾ ਜੀ ਜੈਸੇ ਭੂਲ ਚੂਕ ਚਟਿਆ ਕੀ ਨਾ ਵਿਚਾਰਾ ਪਾਉਂਦਾ ਜਿਵੇਂ ਭੁੱਲਾਂ ਚੁੱਕਾਂ ਉਹਦੀਆਂ ਗਲਤੀਆਂ ਨੂੰ ਪਾਉਂਦਾ ਟੀਚਰ ਨਹੀਂ ਵਿਚਾਰਦਾ ਦੇ ਦੇ ਸਿੱਖਿਆ ਮੂਰਖਤ ਮਤ ਖੰਡ ਦੇ ਦੇ ਕੇ ਸਿੱਖਿਆ ਉਹਦੀ ਮੂਰਖਾਲੀ ਮਤ ਨੂੰ ਖੰਡਨ ਕਰਦਾ ਖਤਮ ਕਰਦਾ ਤੈਸੇ ਪੀਖ ਅਵਗੁਣ ਕਹੇ ਨਾ ਸਤਗੁਰੂ ਕਾਹੂ ਇਦਾਂ ਹੀ ਆਏ ਹੋਏ ਜਗਿਆਸੂ ਵਿੱਚ ਅਵਗਣ ਵੇਖ ਸਤਗੁਰੂ ਜੀ ਥੱਪੜ ਥੋੜਾ ਮਾਰ ਲੱਗ ਪਈ ਤੂੰ ਹੁਣ ਮਠੀਆਂ ਪੂਜਦਾ ਆ ਗਿਆ ਵੀ ਤੂੰ ਕਬਰਾਂ ਪੂਜਦਾ ਆ ਗਿਆ ਤੂੰ ਨਸ਼ੇ ਪਿੰਦਾ ਆ ਗਿਆ ਤੂੰ ਗਲਤ ਕੰਮ ਕਰਦਾ ਮੇਰੇ ਕੋ ਆ ਗਿਆ ਕਦੇ ਨਾ 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 ਜੇ ਇੱਕ ਸਿਆਣਾ ਵੈਦ ਹਕੀਮ ਡਾਕਟਰ ਕਹਿੰਦਾ ਮਰੀਜ਼ ਦੇ ਗੱਲ ਥੋੜਾ ਪੈਂਦਾ ਉਹਨੂੰ ਕਹਦਾ ਤੂੰ ਠੀਕ ਹੈ ਜੇ ਤੂੰ ਸਰੀਰ ਦਾ ਸਤਿਆਨਾਸ ਮਰਾਇਆ ਤੇ ਮੇਰੀ ਜੋਬ ਹੈ ਤੈਨੂੰ ਠੀਕ ਕਰਨਾ ਇਦਾਂ ਹੀ ਤੈਸੇ ਪੇਖ ਅਵਗੁਣ ਕਹੇ ਨਾ ਸਤਿਗੁਰੂ ਕਾਹੂ ਇਦਾਂ ਹੀ ਵੇਖ ਕੇ ਅਵਗੁਣ ਸਤਿਗੁਰ ਜੀ ਰੌਲਾ ਥੋੜਾ ਪਾਉਂਦੇ ਨੇ ਉਹ ਤਾਂ ਪੂਰਨ ਵਿਵੇਕ ਸਮਝਾਵਤ ਪ੍ਰਚੰਡ ਇਹ ਗਿਆਨ ਬੁੱਧੀ ਦੇ ਕੇ ਸਮਝਾ ਕੇ ਵਿਚਾਰ ਦੇ ਕੇ ਉਹਨੂੰ ਸਿਆਣਾ ਬਣਾਉਣ ਦੀ ਕੋਸ਼ਿਸ਼ ਕਰਦੇ ਇਹੋ ਹੀ ਤੇ ਭੁੱਲਿਆਂ ਜਾਂਦੇ ਨੂੰ ਕੁਰਾਏ ਪਿਆਂ ਨੂੰ ਸਿੱਧੇ ਰਸਤੇ ਪਾਉਣ ਕਰਕੇ ਤੇ ਸਤਿਗੁਰੂ ਨੂੰ ਅਕਾਲ ਪੁਰਖ ਨੂੰ ਬਖਸ਼ਣ ਹਾਰਾ ਕਹਿੰਦੇ ਨੇ। ਇਹੋ ਇਤੇ ਸ਼ਬਦ ਵਰਤਿਆ ਕਿਣ ਲਈ ਪਿਛਲੇ ਉਹ ਗੁਣ ਬਖਸ਼ ਲੈ ਪ੍ਰਭਾਗ ਹੈ ਮਾਰਗ ਪਾਵੇ। ਹਰ ਅੰਤਰਜਾਮੀ ਸਭ ਇਹ ਜਾਣੇ। ਕਿਣ ਲਈ ਉਹ ਅੰਤਰਜਾਮੀ ਹੈ ਨਾ ਉਹ ਮੇਰੇ ਅੰਦਰ ਨੂੰ ਜਾਣਦਾ ਹੈ। ਉਹਨੂੰ ਮੇਰੇ ਬਾਰੇ ਪਤਾ ਹੈ। ਤਾਂ ਕਿਸ ਪਿਆਗ ਸੁਣਾਈਏ ਦੱਸੋ ਭਲਾ। ਜਿਹਨੂੰ ਮੇਰੇ ਬਾਰੇ ਸਾਰਾ ਕੁਝ ਪਤਾ ਉਹਨੂੰ ਦੱਸਣ ਦੀ ਵੀ ਲੋੜ ਨਹੀਂ ਮੈਂ ਜਾ ਕੇ ਉਹਦੇ ਘੜੀ ਦੁੱਖ ਰੋਈ ਜਾਵਾਂ ਜਿਹਨੂੰ ਮੇਰੇ ਬਾਰੇ ਪਤਾ ਹੀ ਨਹੀਂ ਹੈਗਾ ਕਿਉਂਕਿ ਦੁੱਖ ਤਸਿਆ ਪਿਆ ਕੀ ਹੈ ਸੁੱਖ ਜਿਸੇ ਹੀ ਪਾਸ ਦੁੱਖ ਤੇ ਉਹਦੇ ਕੋ ਰੋ ਜਿਹਦੇ ਕੋਲ ਸੁੱਖ ਹੋਣ ਜਿਹਦੇ ਕੋਲ ਆਪਣੇ ਕੋਲ ਕੁਝ ਨਹੀਂ ਹੈਗਾ ਮੈਂ ਉਹਦੇ ਕੋਲ ਜਾਵਾਂ ਹੀ ਕਿਉਂ ਭਲਾ ਕਹਿਣ ਲਗੇ ਹਰ ਅੰਤਰਜਾਮੀ ਸਭ ਵਿਦ ਜਾਣੇ ਜਿਹੜਾ ਸਭ ਕੁਝ ਜਾਣਦਾ ਤਾਂ ਕਿਸ ਤੇ ਆਖ ਸੁਣਾਈਏ ਕਹਿਣੇ ਕਥਨ ਨਾ ਭੀਜੇ ਗੋਬਿੰਦ ਪਰ ਇੱਕ ਉਸ ਮਾਲਕ ਦਾ ਨਿਜਮ ਹੈ ਉਸਰ ਬਾਹਰ ਲੀਆਂ ਕਹਿਣੀਆਂ ਤੇ ਜੁਬਾਨੀ ਕਲਾਮੀ ਗੱਲਾਂ ਦੇ ਉੱਤੇ ਨਹੀਂ ਭੇਜਦਾ ਹਰ ਭਾਵੇਂ ਪੈਜ ਰਖਾਈਏ ਜਿਹੜਾ ਉਹਨੂੰ ਭੌਂਦਾ ਹੈ ਤੇ ਭੌਂਦਾ ਕੌਣ ਹੈ ਜਿਹੜਾ ਉਹਦੇ ਹੁਕਮ 'ਚ ਤੁਰਦਾ ਹੈ ਜਿਹੜਾ ਉਹਦੇ ਹੁਕਮ 'ਚ ਤੁਰਨ ਦੀ ਰੋਜ਼ ਪ੍ਰੈਕਟਿਸ ਕਰਦਾ ਹੈ ਹਰ ਭਾਵੇਂ ਪੈਜ ਰਖਾਈਏ ਅਵਰ ਓਟ ਮੈਂ ਸਗਲੀ ਦੇਖੀ ਕਹਿੰਦਾ ਮਾਲਕ ਜੀ ਤੇਰੇ ਤੋਂ ਬਨਾ ਬਾਕੀ ਮੈਂ ਸਾਰੀ ਓਟ ਤੱਕ ਕੇ ਵੇਖ ਲਈ ਸਾਰੇ ਆਸਰੇ ਪਰਨੇ ਵੇਖਲੇ ਮੈਂ ਪਰ ਹੁਣ ਮੈਨੂੰ ਸਮਝ ਆ ਗਈ ਹੈ ਇਕ ਤੇਰੀ ਓਟ ਰਹੀ ਏ ਇਕ ਤੇਰਾ ਹੀ ਆਸਰਾ ਜਿਹੜਾ ਮੈਨੂੰ ਭੁੱਲਿਆਂ ਨੂੰ ਘਰਾਏ ਪਿਆ ਨੂੰ ਪੁੱਠੇ ਰਸਤੇ ਪਿਆ ਨੂੰ ਸਿੱਧੇ ਰਸਤੇ ਪਾ ਸਕਦਾ ਹੈ ਹੋ ਦਇਆਲ ਕਿਰਪਾਲ ਪ੍ਰਭ ਠਾਕਰ ਆਪੇ ਸੁਣੇ ਬੇਨੰਤੀ ਏ ਮੇਰੇ ਮਾਲਕ ਜੀ ਕਿਰਪਾ ਦੇ ਘਰ ਚ ਆਓ ਮੇਰ ਦੇ ਘਰ ਚ ਆਓ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰ ਸਕੇ ਤੇ ਜੀਵਨ ਜੂ ਸਕਾਂ ਪੂਰਾ ਸਤਗੁਰ ਮੇਰ ਮਿਲਾਵੇ ਤਾਂ ਚੁੱਕੇ ਮਨ ਕੀ ਚਿੰਤਨੀ ਮਨ ਦੀਆਂ ਚਿੰਤਾਵਾਂ ਮਨ ਦੇ ਛੋਰੇ ਜਦੋਂ ਸਤਗੁਰ ਦੀ ਸਿੱਖਿਆ ਦਾ ਪਾਤਰ ਬਣਦਾ ਮੈਂ ਮੈਂ ਭੁੱਲਿਆ ਜਾਂਦਾ ਕੁਰਾਏ ਪਿਆ ਜੀਵਨ ਨੂੰ ਸਵਾਰ ਲੈਣਾ ਹਰ ਹਰ ਨਾਮ ਔਖੇ ਮੁਕ ਪਾਇਆ ਜਨ ਨਾਨਕ ਸੁਖ ਸਵੰਤੀ ਐ ਸੁੱਖਾਂ ਵਾਲਾ ਜੀਵਨ ਆਤਮਿਕ ਆਨੰਦ ਬਣਿਆ ਰਹਿਦਾ ਜਦੋਂ ਮੈਂ ਸੱਚ ਦਾ ਮਲਾਪ ਹਾਸਲ ਕਰ ਲਈਨਾ ਭੁੱਲਿਆ ਆਪ ਸਮਝਾਏ ਸੀ ਮੈਂ ਭੁੱਲਿਆ ਵਾਂ ਕੁਰਾਏ ਪਿਆ ਵਾਂ ਮੈਂ ਗਲਤ ਰਸਤੇ ਦੀ ਚੋਣ ਕਰ ਲਈ ਮੈਂ ਸਹੀ ਰਸਤੇ ਤੋਂ ਖੁੰਝ ਗਿਆ ਅੱਜ ਭੁੱਲੇ ਪਏ ਆ ਸੀ ਸਾਡੀ ਪੀੜੀ ਭੁੱਲੀ ਪਈ ਆ ਸਾਡੇ ਨੌਜਵਾਨ ਭੁੱਲੇ ਪਏ ਪਰਿਵਾਰ ਭੁੱਲੇ ਪਏ ਤਰਾਂ ਤੇ ਸੱਸਾਂ ਭੁੱਲੀਆਂ ਪਈਆਂ ਨੋਹਾਂ ਭੁੱਲੀਆਂ ਪਈਆਂ ਸਹੁਰੇ ਭੁੱਲੇ ਪਏ ਭੁੱਲੇ ਹੀ ਆ ਨਾ ਅਸੀਂ ਅਸੀਂ ਭੁੱਲੇ ਤੋਂ ਨਹੀਂ ਭੁੱਲੇ ਅਸੀਂ ਅਸੀਂ ਧੀ ਨਾਲ ਤੇ ਪਿਆਰ ਕਰਦੇ ਨੋਹ ਨਾਲ ਨਫ਼ਰਤ ਕਰਨੇ ਭੁੱਲੇ ਨਾ ਹੁੰਦੇ ਤੇ ਘਰ ਨਰਕ ਬਣਦੇ ਸਾਡੇ ਅਸੀਂ ਜਵਾਈ ਚੰਗਾ ਚਾਹੁੰਨੇ ਆ ਆਪਣੇ ਪੁੱਤ ਨੂੰ ਪੁੱਠੀ ਮਾਰ ਦੇ ਕੇ ਬੈਠੇ ਹੋਏ ਆ ਧੀ ਵਾਰ ਇੰਜ ਸੋਚਦੇ ਆਂ ਤੇ ਧੀ ਨੂੰ ਸਹੁਰੇ ਸਤਿਕਾਰ ਦੇਣ ਆਪ ਅਸੀਂ ਨਫ਼ਰਤ ਕਰਕੇ ਬੈਠੇ ਆਂ ਆਪਣੀ ਨੋਹ ਨਾਲ ਅਸੀਂ ਕਿਸੇ ਦੇ ਧੀ ਪੁੱਤ ਨਾਲ ਧੋਖਾ ਕਰੀਏ ਕੋਈ ਸਾਡੇ ਨਾਲ ਧੋਖਾ ਕਰੇ ਤੁਹਾਨੂੰ ਕਿਦਾਂ ਦਾ ਲੱਗੂਗਾ ਅਸੀਂ ਆਪਣੀ ਜ਼ਿੰਦਗੀ ਦੀ ਮੇਨ ਜਿਹੜਾ ਅਸਲੀ ਸਾਡਾ ਰਸਤਾ ਸੀ ਉਹ ਤੋਂ ਖੋਜ ਕੇ ਤੇ ਪਾਸੇ ਚਲੇ ਗਏ ਅਸੀਂ ਤਾਂ ਹੀ ਬਾਣੀ ਚਖਾ ਰਹਿਮਾਨ ਡੀਕ ਨਾ ਡੋਲੀ ਸਿੱਧੇ ਮਾਰਗ ਤਾਓ ਸੁੱਧੇ ਰਸਤੇ ਪੈ ਜਾ ਕਿਉਂਕਿ ਪਾਛੇ ਬਾਗ ਡਰਾਉਣ ਅੱਗੇ ਅਗਨ ਤਲਾਓ ਮਨਾ ਜੇ ਪੁੱਠੇ ਰਸਤੇ ਤੁਰੇਗਾ ਤੇ ਇੱਕ ਗੱਲ ਦਾ ਖਿਆਲ ਰੱਖੀ ਪਾਛੇ ਬਾਗ ਡਰਾਮ ਨੂੰ ਪਿਛੇ ਬਗਿਆੜਾ ਤੇ ਆਗੇ ਅਗਨ ਤਲਾਉ ਅਗੇ ਅਗ ਦਾ ਤਲਾਈ ਵਜਕਾਏ ਖਲੋਤਾ ਇਧਰ ਵੀ ਮੌਤ ਹੈ ਇਧਰ ਵੀ ਮੌਤ ਹੈ ਜੇ ਰਸਤਾ ਗਲਤ ਪੈ ਗਿਆ ਅਨ ਕਾਇ ਰਤੜੇ ਵਾਟ ਦੁਹੇਲੀ ਰਾਮ ਪੁੱਠੇ ਰਸਤੇ ਪਿਆ ਵਾਟ ਰਸਤਾ ਦੁਹੇਲੀ ਔਖਾ ਔਖਾ ਰਸਤਾ ਬਣ ਜੂ ਤੋ ਇਸ ਕਰਕੇ ਪਾਸ਼ਾ ਜੀ ਕਹਿੰਦੇ ਭੁੱਲਿਆਂ ਆਪ ਸਮਝਾਏ ਸੀ ਭੁੱਲਿਆਂ ਨੂੰ ਉਹ ਆਪ ਸਮਝਾਉਂਦਾ ਪਰ ਕਿਹਨੂੰ ਜਾ ਕੋ ਨਜ਼ਰ ਕਰੇ ਜਿਹੜਾ ਉਹਦੀ ਨਜ਼ਰ ਦਾ ਪਾਤਰ ਬਣਦਾ ਤੇ ਨਜ਼ਰ ਦਾ ਪਾਤਰ ਕੌਣ ਬਣਦਾ ਜਿਹੜਾ ਗੁਰੂ ਦੀ ਸਿੱਖਿਆ ਮੁਤਾਬਕ ਜਿਹੜਾ ਜਿਹੜਾ ਗੁਰੂ ਦੀਆਂ ਜਿਹਨੂੰ ਗੁਰੂ ਦੀਆਂ ਝਿੜਕਾਂ ਮਿੱਠੀਆਂ ਲੱਗਣ ਲੱਗ ਪਣ ਉਹ ਫਿਰ ਕਹਿੰਦਾ ਜਾ ਤੂੰ ਮੇਰੀ ਹੁਣ ਨਜ਼ਰ ਦਾ ਪਾਤਰ ਬਣ ਗਿਆ ਆਪਾਂ ਕਿਦੀ ਜਾ ਕੇ ਸਕੂਲ ਚ ਕਹਿੰਨੇ ਟੀਚਰ ਪ੍ਰਿੰਸੀਪਲ ਸਾਡੇ ਬੱਚੇ ਤੇ ਮਿਹਰ ਦੀ ਨਜ਼ਰ ਰੱਖਿਓ ਜੀ ਕਿਰਪਾ ਕਰੀਓ ਜੀ ਤੇ ਉਹ ਕਹਿੰਦਾ ਕਿਰਪਾ ਮੈਂ ਨਹੀਂ ਇਹ ਤੇ ਕਰਨੀ ਇਹਨੇ ਕਰਨੀ ਹੈ ਇਹ ਧਿਆਨ ਦੇਉ ਪੜਾਈ ਚ ਤੇ ਟੌਪ ਕਰੂਗਾ ਮੈਂ ਜਨਾ ਮਰਜੀ ਪੜਾਈ ਜਾਵਾਂ ਜੇ ਇਹ ਨਹੀਂ ਖੁਦ ਪੜੂਗਾ ਤੇ ਕੀ ਕਰ ਲਵਾਂਗੇ ਅਸੀਂ ਇਹਨੂੰ ਆਬ ਕਰਨਾ ਪੈਣਾ ਨਾਨਕ ਨਜ਼ਰੀ ਬਾਹਰੀ ਇਹ ਨਾਨ ਜਿਹੜੇ ਉਹਦੇ ਨਜ਼ਰ ਤੋਂ ਬਾਹਰੇ ਨਹੀਂ ਜਿਹੜੇ ਉਹਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਕਰਨ ਪਲਾ ਕਰੇ ਬਹੁਤ ਹੱਥ ਪੱਲਾ ਮਾਰਦੇ ਆ ਇਧਰ ਉਧਰ ਬਹੁਤ ਹੱਥ ਪੱਲਾ ਮਾਰਦੇ ਪਰ ਗੱਲ ਨਹੀਂ ਬਣਦੀ ਬਹੁਤ ਕੀਰਨੇ ਪਾਉਂਦੇ ਆ ਪਰ ਗੱਲ ਨਹੀਂ ਬਣਦੀ ਸਚਾਰਾ ਆਤਮਿਕ ਸੁਖ ਵਾਸਤੇ ਬਹੁਤ ਉਹਨਾਂ ਨੇ ਦਿਨ ਰਾਤ ਮਿਹਨਤ ਵੀ ਕਰਕੇ ਵੇਖੀ ਪਰ ਸੀਰ ਦੇ ਤਲ ਉੱਪਰ ਕਰਮ ਮਤਰਮ ਪਾਖੰਡ ਜੋਦੀਸੇ ਤਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਜਿਤ ਛੁਤੇ 1421 ਨੰਬਰ ਅੰਕ 67 ਨੰਬਰ ਸ਼ਲੋਕ ਇੱਥੇ ਅੱਜ ਗੁਰੂ ਅਮਰਦਾਸ ਜੀ ਦੇ ਸ਼ਲੋਕਾਂ ਦੀ ਵਿਚਾਰ ਸਮਾਪਤ ਹੁੰਦੀ ਹੈ ਕੱਲ ਤੋਂ ਆਪਾਂ ਤੁਹਾਨੂੰ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਸਣ ਜੀ ਰੰਭ ਕਰਾਂਗੇ ਨਿਮਾਣਾ ਜੇ ਜਤਨ ਹੈ ਕੋਸ਼ਿਸ਼ ਕਰੀਏ ਆਪਾਂ ਕੋਸ਼ਿਸ਼ ਵੀ ਇਹ ਕਰ ਰਹੇ ਹਾਂ ਵੀ ਉਹਨਾਂ ਦੇ ਅਖਰਾਂ ਅਖਰੀ ਗਿਆਨ ਜਿਹੜਾ ਸਾਨੂੰ ਮੁੱਢਲਾ ਅਸੀਂ ਸ਼ਲੋਕਾਂ ਦੇ ਸੰਖੇਪ ਅਰਥ ਹੀ ਕਰ ਰਹੇ ਹਾਂ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੱਲੇ ਕੱਲੇ ਸ਼ਬਦ ਦੀ ਤਾਂ ਵਿਆਖਿਆ ਜਿਹੜੀ ਸਮਝ ਸਕੀਏ ਤੇ ਆਪ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰਕੇ ਅਸੀਂ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ ਸਾਰਿਆਂ ਦਾ ਧੰਨਵਾਦ ਜਿਹੜੇ ਸਰੋਤੇ ਲਗਾਤਾਰ ਸਰਵਣ ਕਰਦੇ ਜੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਵਾਤ ਵਾਤ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਦੇ ਸੁਪਦੇਸ਼ ਦਾ ਲਾਭ ਪ੍ਰਾਪਤ ਕਰ ਸਕੀਏ ਤੇ ਆਪਣੇ ਪਰਿਵਾਰਾਂ ਨੂੰ ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜਿਉਣ ਦੀ ਆਪ ਆਪਣੇ ਆਪ ਨੂੰ ਪ੍ਰੇਰਨਾ ਦਿਈਏ ਹੋ ਸਕਦਾ ਸਾਡੇ ਵਾਲੇ ਵੇਖੇ ਕੋਈ ਦੂਜਾ ਵੀ ਇਹ ਗੁਰੂ ਦੀ ਬਾਣੀ ਤੋਂ ਪ੍ਰੇਰਣਾ ਲੈ ਕੇ ਜੀਵਨ ਜੂਣਾ ਸ਼ੁਰੂ ਕਰ ਦੇਵੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ